में सोमवार मंगलवार कुड़ी हमारी घर नहीं आई थी। बुधवार को कुड़ी नु सुबह फोन आया था स्कूल से ही कि आपकी बच्ची मिल गई है। तो हम तो सारा पूरे परिवार के साथ गए थे तो कुड़ी की हालत ऐसी थी कि किसी ने नशा दिया हो। नशा बहुत तगड़ा कि कुड़ी की शक्ल नहीं पहचान में आ रही थी कि हमारी बच्ची है ये। क्यों है जी थोड़े नाल दसवें शुरू तो फर्स्ट अप्रैल स्कूल गई सी तो अचानक ही मेरे स्कूल दोपहर सिर पीड़ होने लग पिया ही। फिर मैं सिर दर्द की गोली खाधी। उस तो बाद मैं टेरिस से चली गई सी क्योंकि मैंने क्लास में बहुत ज़्यादा गर्मी लग रही सी। फिर टेरिस से गई तो मैं धुप ज़्यादा सी। फिर धुप में अचानक ही मेरे चक्कर आ गए तो मैं डिग पी तो मैंने कुछ होश नहीं रहा कि मैं कितने हाँ कितने नहीं। मैनू नहीं कुछ होश है। उस तो बाद मैंने कुछ होश ही नहीं रहा। केड़ी क्लास च पढ़दे हो? जी हुण मैं 10th क्लास च आई हां। ਨੇ ਕਿਸਨੇ ਮਾਰਿਆ ਤੁਹਾਨੂੰ ਜਾਂ ਕਿਸ ਤੋਂ ਪਤਾ ਦੇ ਹੋਈ ਹੈ ਥੋੜਾ ਜਿਹਾ? ਮੈਨੂੰ ਕੁਝ ਹੋਸ਼ ਨਹੀਂ ਰਿਹਾ। ਮੈਂ ਜਦੋਂ ਵੀ ਅੱਖਾਂ ਖੋਲਾਂ ਮੇਰੀ ਅੱਖਾਂ ਸਾਹਮਣੇ ਉਦੋਂ ਹੀ ਧੁੱਪ ਆ ਜਾਂਦੀ ਹੈ। ਇਹ ਮੈਂ ਚੱਕਰ ਆਇਆ ਤਾਂ ਮੈਂ ਬਹੁਤ ਜ਼ੋਰ ਸੀ ਡਿੱਗੀ ਜਿਹਦੀ ਵਜ੍ਹਾ ਨਾਲ ਮੇਰੀ ਲੱਤਾਂ ਵੀ ਨਹੀਂ ਸੀ ਹੈ ਕੰਮ ਕਰਨ ਦੀਆਂ। ਜਿੰਨੀ ਮਰਜ਼ੀ ਵਾਰੀ ਮੈਂ ਤੁਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੀ ਲੱਤਾਂ ਤੋਂ ਬੇਕਾਰ ਹੋ ਚੁੱਕੀ ਸੀ ਪੂਰੀ ਤਰ੍ਹਾਂ। ਸਕੂਲ ਦੇ ਅੰਦਰ ਹੀ ਰਹੇ ਤੁਸੀਂ ਉਹਨੇ ਦਿਨ? ਹਾਂਜੀ। ਕਿੰਨੇ ਦਿਨ ਰਹੇ ਹੋ? ਮੈਂ ਸਕੂਲ ਦੇ ਅੰਦਰ ਪੂਰੇ 3 ਦਿਨ ਤੱਕ ਲਾਪਤਾ ਹੋ ਕੇ ਰਹੀ। ਮੇਰੇ ਪੇਰੈਂਟਸ ਮੈਨੂੰ ਲੱਭਦੇ ਰਹੇ। ਮੈਂ ਸਕੂਲ ਦੇ ਪਤਾ ਨਹੀਂ ਚੱਲਿਆ ਕਿਸ ਨੂੰ ਕਿਸੇ ਨੇ ਦੱਸਿਆ ਪਤਾ। ਫਿਰ ਕੱਲ ਸਵੇਰੇ ਸੁੱਤੇ ਸੁੱਤੇ ਮੈਨੂੰ ਵਾਰਡਨ ਮੈਮ ਅਤੇ ਸਕੂਲ ਦੇ ਹੋਰ ਬਾਕੀ ਸਰ ਅਤੇ ਥੋੜ੍ਹੇ 2-4 ਬੱਚੇ ਹੋਸਟਲ ਦੇ ਵੀ ਸੀਗੇ ਉਹਨਾਂ ਨੇ ਮੈਨੂੰ ਪਾਣੀ ਪਿਆਇਆ ਅਤੇ ਮੈਨੂੰ ਹੋਸ਼ ਦੇ ਵਿੱਚ ਲੈ ਕੇ ਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਤਾਂ ਵੀ ਬੇਹੋਸ਼ ਸੀਗੀ। ਹੁਣ ਹੋਸਪਿਟਲ 'ਚੋਂ ਲਿਆਇਆ ਤੁਹਾਨੂੰ? ਹੋਸਪਿਟਲ 'ਚ ਮੈਨੂੰ ਮੇਰੇ ਪੇਰੈਂਟਸ ਮੇਰੇ ਨਾਲ ਸੀਗੀ ਮੇਰੀ ਮੰਮਾ ਅਤੇ ਵਾਰਡਨ ਮੈਮ ਵੀ ਮੇਰੇ ਨਾਲ ਸੀਗੇ ਅਤੇ ਫਿਰ ਹਾਂਜੀ ਆਪਣਾ ਨਾਮ? ਮੇਰਾ ਨਾਮ ਰੋਹਿਤ ਖੋਖਰ ਹੈ। ਮੈਂ ਸੈਕਟਰੀ ਹਾਂ ਬਹੁਜਨ ਸਮਾਜ ਪਾਰਟੀ ਪੰਜਾਬ ਦਾ। ਕੀ ਮਸਲਾ ਜੀ ਸਰ? ਇਹ ਇਸ ਤਰ੍ਹਾਂ ਹੈ ਕਿ ਮੈਨੂੰ ਫੋਨ ਆਇਆ ਸੀ ਗੁਰੂ ਗਿਆਨ ਨਾਥ ਵਾਲਮੀਕੀ ਧਰਮ ਸਮਾਜ ਦੇ ਜਿਹੜੇ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਆ ਉਹਨਾਂ ਦੇ ਪੀਏ ਲਾਡੀ ਜੀ ਦਾ ਵੀ ਇਸ ਤਰ੍ਹਾਂ ਇੱਕ ਘਟਨਾ ਹੋਈ ਹੈ ਅਤੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਅਤੇ ਜਦੋਂ ਅਸੀਂ ਹੋਸਪਿਟਲ ਆਏ ਤਾਂ ਸਾਨੂੰ ਪਤਾ ਲੱਗਾ ਕਿ ਇੱਕ ਬੱਚੀ ਆ ਜੋ ਮਾਲ ਰੋਡ ਸਕੂਲ 'ਚ 10ਵੀਂ ਕਲਾਸ ਦੀ ਛਾਤਰਾ ਔਰ ਬਾਕਸਿੰਗ ਦੀ ਪਲੇਅਰ ਆ ਉਹ 1 ਤਰੀਕ ਨੂੰ ਜਿਹੜਾ ਆ ਸਕੂਲ ਤੋਂ ਵਾਪਸ ਨਹੀਂ ਆਈ ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਰਪਟ ਦਰਜ ਕਰਾਈ ਲਾਰਮ ਥੋੜ ਚੌਂਕੀ 'ਚ ਔਰ ਪੁਲਿਸ ਵੀ ਜਿਹੜੀ ਅਸੀਂ ਇਹਨਾਂ ਨਾਲ ਕੋਆਪਰੇਟ ਨਹੀਂ ਕਰ ਰਹੀ ਸੀ। ਔਰ ਫਿਰ ਉਸ ਤੋਂ ਬਾਅਦ 3 ਤਰੀਕ ਨੂੰ ਇਹਨਾਂ ਨੂੰ ਉੱਥੋਂ ਫੋਨ ਆਇਆ ਕਿ ਤੁਹਾਡੀ ਬੇਟੀ ਜਿਹੜੀ ਆ ਉਹ ਸਕੂਲ 'ਚੋਂ ਲੱਭੀ ਹੈ ਅਤੇ ਤੁਸੀਂ ਜਿਹੜਾ ਆਪਣੀ ਬੇਟੀ ਨੂੰ ਲੈ ਜਾਓ। ਅਤੇ ਜਦੋਂ ਇਹ ਗਏ ਤਾਂ ਇਹਨਾਂ ਨੂੰ ਉੱਥੋਂ ਇਹਨਾਂ ਨੇ ਵੇਖਿਆ ਕਿ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਨਸ਼ੇ ਦੀ ਹਾਲਤ 'ਚ ਔਰ ਸੱਟਾਂ ਬੇਟੀ ਨੂੰ ਲੱਗੀਆਂ ਸੀ। ਸ਼ਕਲ ਤੱਕ ਵੀ ਬੇਟੀ ਦੀ ਪਹਿਚਾਨੀ ਨਹੀਂ ਜਾ ਰਹੀ ਸੀਗੀ। ਕਿਆ ਨਾਮ ਹੈ ਆਪਕਾ? ਪੂਨਮ ਸਰ। ਕਿਆ ਹੁਆ ਆਪਕੀ ਬੇਟੀ ਸਰ? ਮੇਰੀ ਬੇਟੀ ਸਰ ਛੁੱਟੀ ਕੇ ਟਾਈਮ ਮੈਂ ਘਰ ਨਹੀਂ ਆਈ ਥੀ, ਘਰ ਨਹੀਂ ਪਹੁੰਚੀ ਥੀ। ਇਸ ਮੈਨੇ ਮੈਮ ਸੇ ਬੋਲਾ ਥਾ ਇੰਚਾਰਜ ਮੈਮ ਸੇ ਕਿ ਅੱਜ ਮੇਰੀ ਬੱਚੀ ਘਰ ਨਹੀਂ ਆਈ ਹੈ। ਉਹ ਬੋਲ ਰਹੇ ਕਿ ਆਪ ਜਰਾ ਰਿਸ਼ਤੇਦਾਰੋਂ ਨੂੰ ਪਤਾ ਕਰੋ ਕਿ ਪਤਾ ਆ ਜਾਏ ਥੋੜ੍ਹੀ ਦੇਰ ਮੈਂ। ਕੋਈ ਨਹੀਂ, ਹਮਨੇ ਵੇਟ ਕੀਆ ਥਾ। ਕਿਤਨੀ ਕਲਾਸ ਮੈਂ ਪੜ੍ਹਤੀ ਔਰ ਕੌਨ ਸੇ ਸਕੂਲ ਮੈਂ ਪੜ੍ਹਤੀ? ਸਰ ਅਭੀ ਵੋ 10ਵੀਂ ਮੈਂ ਆਈ ਥੀ, 9ਵੀਂ ਪਾਸ ਕਰਕੇ 10ਵੀਂ ਮੈਂ ਆਈ। ਤੋ ਫਿਰ ਕੈਸੇ ਪਤਾ ਚਲਾ ਕਿਆ ਹੁਆ ਥਾ? ਉਸਕੇ ਬਾਅਦ ਮੈਂ ਹਮਨੇ ਤਲਾਸ਼ੀ ਕਰੀ ਥੀ, 3-4 ਚੱਕਰ ਸਕੂਲ ਕੇ ਕਾਟੇ ਥੇ ਸੋਮਵਾਰ ਕੇ ਦਿਨ। ਉਸਕੇ ਬਾਅਦ ਮੈਂ ਸੋਮਵਾਰ ਮੰਗਲਵਾਰ ਕੁੜੀ ਹਮਾਰੀ ਘਰ ਨਹੀਂ ਆਈ ਥੀ। ਬੁੱਧਵਾਰ ਨੂੰ ਕੁੜੀ ਨੂੰ ਸੁਬਹਾ ਫੋਨ ਆਇਆ ਥਾ ਸਕੂਲ ਸੇ ਹੀ ਕਿ ਆਪਕੀ ਬੇਟੀ ਮਿਲ ਗਈ ਹੈ। ਤੋ ਹਮ ਜੋ ਸਾਰਾ ਪੂਰੇ ਪਰਿਵਾਰ ਕੇ ਸਾਥ ਗਏ ਥੇ ਤੋ ਕੁੜੀ ਕੀ ਹਾਲਤ ਐਸੀ ਥੀ ਕਿ ਕਿਸੀ ਨੇ ਨਸ਼ਾ ਦਿਆ ਹੋ। ਨਸ਼ਾ ਬਹੁਤ ਤਗੜਾ ਕਿ ਕੁੜੀ ਕੀ ਸ਼ਕਲ ਨਹੀਂ ਪਹਿਚਾਨ ਮੈਂ ਆ ਰਹੀ ਥੀ ਕਿ ਹਮਾਰੀ ਬੱਚੀ ਹੈ ਇਹ। ਉਸਨੇ ਚੀਖਾ ਵੀ ਮਾਰੀ ਥੀ, ਰੋੜੇ ਪੱਥਰ ਵੀ ਮਾਰੇ ਥੇ, ਕਿਸੀ ਨੇ ਉਸਕੀ ਨਹੀਂ ਸੁਣੀ। 3 ਦਿਨ ਤੱਕ ਮੇਰੀ ਬੱਚੀ ਉਸ ਸਕੂਲ ਮੈਂ ਤੜਫਤੀ ਰਹੀ ਲੇਕਿਨ ਕਿਸੀ ਨੇ ਨਹੀਂ ਸੁਣਾ। ਕਿਆ ਲਾਤਾ ਆਪਕੋ ਕਿਆ ਹੁਆ ਆਪਕੀ ਬੇਟੀ ਕੋ? ਮੁਝੇ ਲਗਤਾ ਹੈ ਸਕੂਲ ਮੈਂ ਮੇਰੀ ਬੱਚੀ ਕੋ ਕਿਸੀ ਨੇ ਅਪਹਰਣ ਕਰਕੇ ਰੱਖਾ ਗਿਆ। ਕਿਸੀ ਕਾ ਸਾਥ ਕਿਆ? ਸਕੂਲ ਵਾਲੋ ਪੇ ਸਕ ਕੇ ਮੁਝੇ। ਕਿਉਂ? ਕਿਸ ਲਈ? ਕਿਉਂਕਿ ਮੇਰੀ ਬੇਟੀ ਬਾਕਸਰ ਪਲੇਅਰ ਥੀ।
स्कूल वाले अपहरण जोर करेंगे इसका, क्या वजह हो सकती है? वजह की पता सर जी, इस बारे में पुलिस में स्केच किया आपने? हाँ जी, पुलिस वालों को भी मैंने तलाक किया था कि मेरी बच्ची घर नहीं पहुंची थी, इस तरह से गल हुई थी हाड़े नाल, तो लता ने किया है? उसकी लत्ता में बड़े कुछ मारा पीटा गया उसे, उसके साथ कोई वारदात हुई है, मेरी उस कुड़ी कुछ बता नहीं रही है कि मेरे साथ क्या हुआ, क्योंकि उस बहुत बेहोश की हालत में थी, उसके साथ कुछ नशा तगड़ा दिया गया था। क्या मांग करते हो? सीसीटीवी कैमरे में मैं सारी जानकारी देखना चाहती हूँ। तो वहाँ पर सीसीटीवी था? हाँ जी, सीसीटीवी है वहाँ पर। तो अभी पुलिस प्रशासन और स्कूल प्रबंधक आपको दिखा नहीं दे रहे क्या? नहीं, मुझे नहीं दिखाए अभी, वो बोल रहे थे कि बस जब हम मैडम से मिले थे और सर से मिले थे, उन्होंने ये बोला आप जाओ घर, हम आपकी इंक्वायरी करवा देंगे, लेकिन मेरी कोई सुनवाई नहीं हुई थी वहाँ पर। क्या जाते हो भैया? मैं जाती हूँ, मेरी सुनवाई हो, मेरे को इंसाफ मिले। हाँ जी, मैं प्रिंसिपल बाल रोड स्कूल अमृतसर। मैनू पता चलिया सी 3 तरीक सवेर नू कि एक बच्चा पहली तरीक स्कूल तो पता नहीं कर गया कि नहीं गया, पर वो 2 दिन लापता रहा। 3 तरीक सवेरे स्कूल दी ग्राउंड दे विच पाया गया। जदों स्कूल दे प्रबंधकां वालों, चौकीदार सेवादारां वालों मैनू टैलीफोन ते दस्या गया कि बच्चा ग्राउंड दे विच है, मैं इमीजिएटली स्कूल पहुँची, बच्चे दे पेरेंट्स नू बुलाया गया, उस वेले बच्चे नू गुरु नानक हॉस्पिटल एडमिट करवा दिता गया। सर, ये बारे पुलिस इन्वेस्टिगेशन कर रही है, मेरी सूचना दे विच ये गल किसी ने भी नहीं लियांदी, क्योंकि पहली तरीक नू मेरी डीसी ऑफिस वीडियो कॉन्फ्रेंसिंग ते मीटिंग सी सैकटरी सर नाल, मैं डीओ सर दे नाल उत्थे मौजूद सी, मेरे तो नैक्सट जिहड़े वाइस प्रिंसीपल ने वो स्कूल प्रबंध दे इंचार्ज सीगे। पहली तरीक 2 तरीक मेरे ध्यान दे विच किसी वल्लों भी इस संबंध दे विच ये गल नहीं लियांदी गई कि यह बच्चा अपने घर नहीं पहुँचा। मैनू इस सारी गल का 3 तरीक सवेरे ही पता लग्या, और जदों मैनू पता लग्या उस तो बाद मैं जो कुछ कर सकती सी मैं मैक्सिमम एफर्ट की है कि बच्चे का ठीक ठाक इलाज हो जाए। पुलिस इन्वेस्टिगेशन कर रही है, असी इन्वेस्टिगेशन दे विच पूरा साथ दे रहे हैं। सीसीटीवी कैमरे फुटेज आई? कोई फुटेज अजे तक नहीं आई जिदे तो सानू कुछ भी क्लीयर हो सके। पुलिस वालों एफर्ट्स जारी ने, जदों भी कुछ क्लीयर होएगा तुहानू दस दिंदे। लड़की मुस्कान गुम होएगी जी 1/4/2019 नूं, ते कल सानू मिली है स्कूल दे विच्चों जी, ते कल दा ही हस्पताल दे विच दाखले आ, ते मैडिकल करवा रहे हैं, जो भी मैडिकल रिपोर्ट आएगी आपां कार्रवाई करेंगे। की दस्या वैसे इन्हां दे परिवार वाले ने? परिवार वाले लड़की ने कल दस्या सीगा कि इस तरह मैं डिप्रैशन च सीगी, ते मैं अपने पिता की दवाई खाधी है, ते बाकी जो भी रिपोर्ट आएगी ते आपां। सट वगैरह लड़की इन्हां दी? उह ट्रीटां ही हैगियां पैरां दी। हाँ जी, तो पुलिस वालों की कार्रवाई की जा रही है? मेडिकल करवा रहे हैं जी, मेडिकल करवा के जो भी रिपोर्ट आएगी तो आप अगली कार्रवाई की जा रही है।